2019 ਦੇ ਵਿੱਚ ਪਹਿਲੀ ਵਾਰ ਫੇਸਬੁੱਕ ਤੇ ਇਹਨਾਂ ਦੀ ਦੋਸਤੀ ਹੁੰਦੀ ਹੈ। 2023 ਚ ਸਿੱਧਾ ਗੋਰੀ ਵਿਆਹ ਕਰਵਾਉਣ ਦੇ ਲਈ ਪੰਜਾਬ ਆ ਜਾਂਦੀ ਹੈ। ਵਿਆਹ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਪਿੰਡ ਤੋਂ ਲੈ ਕੇ ਘਰ ਚ ਕਿਵੇਂ ਰੌਣਕਾਂ ਲੱਗੀਆਂ ਹੋਈਆਂ ਨੇ। ਇਹ ਗੋਰੀ ਅਮਰੀਕਾ ਤੋਂ 1 ਸਾਲ ਦਾ ਵੀਜ਼ਾ ਲਵਾ ਕੇ ਪੰਜਾਬ ਆਈ ਹੈ। ਇੱਕ ਤੋਂ ਖੁਸ਼ਦੀਪ ਕੌਰ, ਵੇਅਰ ਆਰ ਯੂ ਫਰੋਮ? ਅਮਰੀਕਾ। ਹਾਊ ਡਿਡ ਯੂ ਥਿੰਕ ਅਬਾਊਟ ਮੈਰਿੰਗ ਸੰਦੀਪ? He was very polite. He was a very sweet man. I knew that he was someone I was very interested in because he was very honest and good. Next is that plan? The next plan is for us to get him a spousal visa for America. How did you feel after coming to Punjab? I thought Punjab was a very nice place. It's much cheaper here than America, which is nice. ਨਹੀਂ ਇੱਦਾਂ ਤਾਂ ਨਹੀਂ ਸੀ, ਇਹਨੇ ਕੁਛ ਵੀ ਦੱਸਿਆ ਵੀ ਮੈਂ ਵਿਆਹ ਕਰਵਾਉਣਾ ਹੈ ਅਤੇ ਮਤਲਬ ਕਿ ਇੱਦਾਂ ਸੀਗਾ ਬਸ ਵੀ ਫੋਨ 'ਤੇ ਗੱਲ ਕਰਦਾ ਚੈਟ ਕਰਦਾ ਇੰਨਾ ਹੀ ਪਤਾ ਸੀਗਾ, ਇਹ ਨਹੀਂ ਸੀ ਪਤਾ ਵੀ ਇਹਨੇ ਵਿਆਹ ਕਰਵਾ ਲੈਣਾ ਛੇਤੀ। ਕਹਿੰਦੇ ਸਰਪ੍ਰਾਈਜ਼ ਮਿਲਿਆ ਸੀਗਾ ਘਰ ਆਏ ਜਦੋਂ? ਹਾਂਜੀ, ਇੱਕਦਮ ਇਹਨੇ ਸਰਪ੍ਰਾਈਜ਼ ਹੀ ਸਾਨੂੰ ਦਿੱਤਾ ਜਦੋਂ ਆਇਆ ਵਿਆਹ ਕਰਵਾ ਕੇ ਗੱਡੀ 'ਚ ਲੈ ਕੇ ਆਇਆ ਤਾਂ ਇੱਕਦਮ ਇਹਨੇ ਸਾਨੂੰ ਸਰਪ੍ਰਾਈਜ਼ ਹੀ ਦਿੱਤਾ ਲਿਆ ਕੇ। ਪਿੰਡ ਵਾਲਿਆਂ ਦਾ ਕੀ ਇੱਦਾਂ ਦਾ ਸੀਗਾ ਮਾਹੌਲ ਜਦੋਂ ਆਏ ਇੱਕਦਮ, ਤੁਹਾਨੂੰ ਕਿਵੇਂ ਦਾ ਲੱਗਿਆ? ਕੀ ਪਿੰਡ ਵਾਲੇ ਕੁਛ ਤਾਂ ਕਾਫੀ ਖੁਸ਼ ਨੇ ਵਿੱਚੋਂ ਵੀ ਚੱਲ ਸਾਡੇ ਪਿੰਡ 'ਚ ਵਿਆਹ ਕੇ ਆਈ, ਸਾਰੇ ਪਿੰਡ 'ਚ ਇੱਦਾਂ ਦੀ ਕੋਈ ਹੈ ਨਹੀਂ ਨੂੰ। ਕੁਛ ਲੋਕ ਹੈ ਮਤਲਬ ਵੀ ਗਲਤ ਵੀ ਕਹਿੰਦੇ ਨੇ। ਤੁਸੀਂ ਜਦੋਂ ਲੜਕੀ ਉਰੇ ਆਈ ਸੀਗੀ ਤਾਂ ਉੱਥੇ ਗੱਲਬਾਤ ਉਹਨਾਂ ਮਾਪਿਆਂ ਨਾਲ ਕਦੀ ਗੱਲਬਾਤ ਹੋਈ ਲੜਕੀ ਦੀ ਉਹਨਾਂ ਨਾਲ ਜਾਂ ਉਰੇ ਕੀਤਾ ਹੈ ਕਿਵੇਂ? ਇਹਨਾਂ ਦੇ ਮੰਮੀ ਪਾਪਾ ਨੇ ਮਤਲਬ ਇੰਗਲਿਸ਼ 'ਚ ਹੀ ਗੱਲ ਕਰਦੇ ਨੇ, ਹਾਏ ਓਕੇ, ਬਸ ਇੰਨੀ ਕੁ ਹੀ ਗੱਲ ਹੋਈ ਆ, ਬਾਕੀ ਤਾਂ ਗੱਲ ਤਾਂ ਸੰਦੀਪ ਹੀ ਕਰਦਾ। ਕੀ ਕੰਮ ਕਾਰ ਕਰਦੇ ਨੇ ਘਰ ਦੇ ਉੱਥੇ ਲੜਕੀ ਉੱਥੇ ਜੋਬ ਵਗੈਰਾ ਕਰਦੇ? ਇੰਨਾ ਨਹੀਂ ਜੀ ਮੈਨੂੰ ਪਤਾ ਹੈਗਾ। ਅਤੇ ਹੁਣ ਕਿਵੇਂ ਦਾ ਮਾਹੌਲ ਹੈ ਘਰ 'ਚ? ਮਾਹੌਲ ਬਹੁਤ ਵਧੀਆ ਜੀ। ਵੀਰ ਜੀ ਮੈਂ ਸ਼੍ਰੀ ਫਤਿਹਗੜ੍ਹ ਸਾਹਿਬ ਦਾ ਰਹਿਣ ਵਾਲਾ ਜੀ ਅਤੇ ਅਸੀਂ ਦੋਨੇ ਇੱਕ ਦੂਜੇ ਨੂੰ ਫੇਸਬੁੱਕ 'ਤੇ ਮਿਲੇ ਸੀਗੇ ਜੀ। ਕਿੰਨੇ ਸ਼ੀਰ ਪਹਿਲਾਂ ਮਿਲੇ ਸੀ, ਕਿਹੜੇ ਸੰਨ ਦੀ ਗੱਲ, ਕਿਵੇਂ ਤੁਹਾਨੂੰ ਆਪਸ ਵਿੱਚ ਆਏ? ਅਸੀਂ ਵੀਰ ਜੀ ਇੱਕ ਦੂਜੇ ਨੂੰ 2019 ਵਿੱਚ ਮਿਲੇ ਸੀਗੇ ਫੇਸਬੁੱਕ 'ਤੇ ਦਸੰਬਰ ਵਿੱਚ ਜੀ। ਦਸੰਬਰ ਵਿੱਚ ਅਸੀਂ ਇੱਕ ਦੂਜੇ ਨਾਲ ਅਟੈਚਮੈਂਟ ਹੋਈ ਸੀਗੀ ਅਤੇ ਹੁਣ ਵਿਆਹ ਕਰ ਲਿਆ ਹੋਇਆ ਜੀ। ਕਿਵੇਂ ਮਤਲਬ ਅਟੈਚਮੈਂਟ ਹੋਈ, ਮਤਲਬ ਕੋਈ ਚੈਟਸ ਵਗੈਰਾ ਹੁੰਦੀ ਸੀਗੀ ਕਦੀ ਲੱਗੇ ਨਹੀਂ ਫੇਕ ਆਈਡੀ ਅੱਜ ਕਾਫੀ ਫੇਕ ਨਾ ਵੀਰ ਜੀ? ਕੀ ਕਹਿੰਦੇ ਆ ਨਾ ਮੈਂ ਚੈਟ ਕਾਫੀ ਟਾਈਮ ਕਰਦਾ ਰਿਹਾ ਸੀਗਾ ਜੀ ਅਤੇ ਇਹਨੂੰ ਇੱਕ ਕੀ ਕਹਿੰਦੇ ਸਿੱਖ ਇਤਿਹਾਸ ਬਾਰੇ ਜਾਂ ਫਿਰ ਕੁਝ ਹੋਰ ਸਿੱਖ ਕਰੈਕਟਰਾਂ ਬਾਰੇ ਦੱਸਦਾ ਹੁੰਦਾ ਸੀਗਾ ਜੀ। ਉਸ ਤੋਂ ਬਾਅਦ ਸਾਡੀ ਅਟੈਚਮੈਂਟ ਹੋਈ ਜੀ ਅਤੇ ਹੁਣ ਅਸੀਂ ਉਸ ਤੋਂ ਬਾਅਦ ਵਿਆਹ ਕਰ ਲਿਆ ਸੀਗਾ ਜੀ। ਗੱਲ ਕੀਤੀ ਹੋਈ ਤੁਹਾਡੀ ਫੈਮਿਲੀ ਵਿੱਚ ਕੌਣ ਕੌਣ ਹੈਗਾ ਅਤੇ ਕਿੰਨਾ ਕੁ ਉਹਨਾਂ ਨੂੰ ਕਿਵੇਂ ਪਹਿਲਾਂ ਦੱਸਿਆ ਸੀਗਾ ਇਹ ਚੀਜ਼ਾਂ? ਵੀਰ ਜੀ ਘਰ ਵਿੱਚ ਅਸੀਂ 2 ਭਾਈ ਅਤੇ 2 ਭੈਣਾਂ ਆਏ ਹਾਂ ਜੀ ਅਤੇ ਕੀ ਕਹਿੰਦੇ ਸਭ ਤੋਂ ਪਹਿਲਾਂ ਮੈਂ ਆਪਣੀ ਵੱਡੀ ਭੈਣ ਨੂੰ ਦੱਸਿਆ ਸੀਗਾ ਜੀ। ਤਾਂ ਕੀ ਰਿਐਕਸ਼ਨ ਸੀ ਜਦੋਂ ਤੁਸੀਂ ਉਹਨੂੰ ਸਭ ਤੋਂ ਪਹਿਲਾਂ ਦੱਸਿਆ ਤਾਂ? ਨਾ ਸਭ ਤੋਂ ਪਹਿਲੇ ਉਹਨਾਂ ਨੂੰ ਮੈਂ ਦੱਸਿਆ ਸਿਰਫ ਇਹੀ ਸੀਗਾ ਵੀ ਮੈਂ ਐਵੇਂ ਕਰਕੇ ਇੱਕ ਕੁੜੀ ਨੂੰ ਪਿਆਰ ਕਰਦਾ ਅਤੇ ਉਹ ਉੱਥੇ ਦੀ ਰਹਿਣ ਵਾਲੀ ਏ ਅਤੇ ਫਿਰ ਜਦੋਂ ਮੈਂ ਇਹਨੂੰ ਲੈ ਕੇ ਆਇਆ ਸੀਗਾ ਉਦੋਂ ਮੈਂ ਘਰ ਕਿਸੇ ਨੂੰ ਨਹੀਂ ਦੱਸਿਆ ਮੈਂ ਲੈਣ ਚੱਲਾਂ, ਮੈਂ ਤਾਂ ਇਹਨਾਂ ਨੂੰ ਇਹੀ ਕਿਹਾ ਸੀ ਮੈਂ ਟੂਰ 'ਤੇ ਚੱਲਣਾ ਜੀ ਅਤੇ ਮੈਂ 1-2 ਦਿਨ ਕਾਫੀ ਟਾਈਮ ਲਾ ਕੇ ਆਵਾਂਗਾ ਜੀ। ਅਤੇ ਉਸ ਤੋਂ ਬਾਅਦ ਜਦ ਮੈਂ ਉਰੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਕੋਲ ਪਹੁੰਚ ਗਿਆ ਸੀਗਾ ਉਦੋਂ ਮੈਂ ਘਰ ਫੋਨ ਕਰਤਾ ਸੀਗਾ ਜੀ ਵੀ ਮੈਂ ਉਹਨੂੰ ਲੈ ਕੇ ਆ ਗਿਆ ਵੀ ਉਰੇ ਬਾਹਰ ਆ ਜਾਓ ਜੀ ਗੇਟ 'ਤੇ। ਜਦੋਂ ਇਹਨਾਂ ਨੇ ਤੁਹਾਨੂੰ ਦੱਸਿਆ ਕਿ ਮੈਂ ਇੰਡੀਆ ਆਉਣਾ ਚਾਹੁੰਦੀ ਹਾਂ, ਇੰਡੀਆ ਆ ਗਈ ਹਾਂ, ਤਾਂ ਉਦੋਂ ਤੁਹਾਡਾ ਕੀ ਰਿਐਕਸ਼ਨ ਸੀਗਾ, ਤੁਹਾਨੂੰ ਸੀਗਾ ਵਿਸ਼ਵਾਸ ਕਿ ਹਾਂ ਵਾਕਈ ਆ ਰਹੇ ਨੇ ਜਾਂ ਕੀ? ਹਾਂਜੀ ਵੀਰ ਜੀ ਵਿਸ਼ਵਾਸ ਤਾਂ ਮੈਨੂੰ ਇਹ ਤਾਂ ਸ਼ੁਰੂ ਤੋਂ ਹੀ ਸੀਗਾ ਜੀ ਅਤੇ ਮੈਨੂੰ ਔਰ ਇੱਕ ਖੁਸ਼ੀ ਵੀ ਬਹੁਤ ਸੀਗੀ ਵੀ ਮੇਰੇ ਕਰਕੇ ਹੁਣ ਇੰਨੀ ਦੂਰੋਂ ਆ ਰਹੀ ਹੈ ਜੀ। ਹੁਣ ਤਾਂ ਤੁਸੀਂ ਕਿੱਥੇ ਤਾਂ ਘੁੰਮ ਚੁੱਕੇ ਹੋ, ਕੀ ਉਹਨਾਂ ਦੇ ਆਪਣੇ ਸੁਪਨੇ ਦੱਸੇ ਕਿ ਉਰੇ ਆਏ ਨੇ ਸਭ ਕੁਝ ਛੱਡ ਕੇ? ਹੁਣ ਤੱਕ ਤਾਂ ਵੀਰ ਜੀ ਅਸੀਂ ਇੱਕ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਅਤੇ ਜੋਤੀ ਸਰੂਪ ਅਤੇ ਅਨੰਦਪੁਰ ਸਾਹਿਬ ਅਤੇ ਇੱਕ ਗੋਲਡਨ ਟੈਂਪਲ ਘੁੰਮ ਕੇ ਆਏ ਹੋਏ ਹਾਂ ਜੀ। ਕੀ ਮਾਹੌਲ ਹੈ ਪਿੰਡ 'ਚ ਤੁਸੀਂ ਆਏ, ਤੁਹਾਡੀ ਫੈਮਿਲੀ ਸਿਚੁਏਸ਼ਨ ਕਿੱਦਾਂ ਦਾ ਮਾਹੌਲ ਹੈਗਾ, ਕੋਈ ਇਤਰਾਜ਼ ਵਗੈਰਾ ਜਾਂ ਕਿਸੇ ਦਾ ਕੁਛ? ਵੀਰ ਜੀ ਪਿੰਡ ਵਿੱਚ ਵੀ ਕਾਫੀ ਮਾਹੌਲ ਵਧੀਆ ਜੀ, ਕਈ ਤਾਂ ਕੀ ਕਹਿੰਦੇ ਪਹਿਲਾਂ ਸਾਡੇ ਘਰ ਵੀ ਕਾਫੀ ਲੋਕ ਆਉਂਦੇ ਰਹਿੰਦੇ ਸੀ ਦੇਖਣ ਜੀ ਇਹਨੂੰ ਅਤੇ ਹੁਣ ਵੀ ਕੀ ਕਹਿੰਦੇ ਆਉਂਦੇ ਰਹਿੰਦੇ ਨੇ ਜੀ। ਹੁਣ ਅੱਗੇ ਕੀ ਪਲੈਨਿੰਗ ਹੈਗੀ ਆ, ਉਹਨਾਂ ਨੇ ਆਏ ਤੁਹਾਡੇ ਕੋਲ ਆਏ ਆ, ਕੀ ਉਹਨਾਂ ਦੇ ਸੁਪਨੇ ਹੈਗੇ, ਕੀ ਇਹਨਾਂ ਦਾ ਫੂਡ ਵਗੈਰਾ ਹੈਗਾ? ਤੁਸੀਂ ਹੁਣ ਤਾਂ ਵੀਰ ਜੀ ਜਿੱਥੇ ਅਸੀਂ ਆਪਣੀ ਮੈਰਿਜ ਦੇ ਪੇਪਰ ਹੀ ਡਨ ਕਰਦੇ ਪਏ ਜੀ, ਤਕਰੀਬਨ ਇੱਕ ਸਾਰੀ ਹੋ ਚੱਲੀ ਹੈ ਜੀ, ਹੁਣ ਮੈਰਿਜ ਸਰਟੀਫਿਕੇਟ ਰਹਿੰਦਾ ਜੀ ਅਤੇ ਇਸ ਤੋਂ ਬਾਅਦ ਕੀ ਕਹਿੰਦੇ ਇਹਨੂੰ ਉਹ ਘਰ ਭੇਜ ਕੇ ਜੀ ਫਿਰ ਬਾਅਦ 'ਚ ਵੀਜ਼ੇ ਬਾਰੇ ਦੇਖਾਂਗੇ ਜੀ ਅਪਲਾਈ ਕਰਨ ਬਾਰੇ। ਫੂਡ ਦੀ ਗੱਲ ਕੀਤੀ, ਖਾਣਾ ਪੀਣਾ ਤਾਂ ਬਿਲਕੁਲ ਡਿਫਰੈਂਟ ਹੁੰਦਾ ਖਾਣਾ ਪੀਣਾ, ਅਤੇ ਉਰੇ ਤਾਂ ਇੰਡੀਅਨ ਫੂਡ ਕੁਛ ਹੋਰ ਹੁੰਦਾ, ਤਾਂ ਸਾਰੇ ਕੁਛ ਸਪੈਸ਼ਲ ਕੋਈ ਘਰ ਵਿੱਚ ਪਕਵਾਨ ਬਣਦਾ ਜਾਂ ਕਿਵੇਂ? ਹਾਂਜੀ ਵੀਰ ਜੀ ਇਹਦਾ ਖਾਣਾ ਤਾਂ ਕਾਫੀ ਬਦਲ ਗਿਆ ਕਿਉਂਕਿ ਇਹ ਘਰ ਉੱਧਰ ਜ਼ਿਆਦਾ ਮੁਰਗੇ ਮਰਗੇ ਜਾਂ ਫਿਰ ਚਿਕਨ ਹੀ ਖਾਂਦੇ ਨਹੀਂ ਨੋਨ ਵੈੱਜ ਜੀ, ਅਤੇ ਉਰੇ ਹੁਣ ਇਹਨੂੰ ਸਾਰਾ ਵੈੱਜ ਖਾਣਾ ਪੈਂਦਾ ਜੀ ਅਤੇ ਜਾਂ ਫਿਰ ਇਹਨੂੰ ਮੈਂ ਕਈ ਵਾਰ ਬਾਹਰੋਂ ਖਵਾ ਲਿਆ ਨਹੀਂ ਨੋਨ ਵੈੱਜ ਜੀ, ਅਤੇ ਘਰ ਵੀ ਇਹ ਕੀ ਕਹਿੰਦੇ ਅਸੀਂ ਜਾਂ ਫਿਰ ਪੀਜ਼ੇ ਪੂਜ਼ੇ ਖਾ ਲੈਂਦੀ ਜਾਂ ਫਿਰ ਮੈਗੀ ਜੀ। ਫਿਲਹਾਲ ਸੋਸ਼ਲ ਮੀਡੀਆ 'ਤੇ ਇਹ ਕਪਲ ਕਾਫੀ ਜ਼ਿਆਦਾ ਸੁਰਖੀਆਂ ਬਟੋਰ ਰਹੇ ਨੇ ਅਤੇ ਹਰ ਕੋਈ ਇਹਨਾਂ ਨੂੰ ਦੁਆਵਾਂ ਦੇ ਰਿਹਾ ਹੈ। ਸਪੈਸ਼ਲ ਡੈਸਕ ਬਿਊਰੋ ਰਿਪੋਰਟ।